ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀ ਵੀ ਅਤੇ ਮੈਂ ਗੁਰਵਿੰਦਰ ਸਿੰਘ ਰੋਮੀ ਟੀਮ ਮਾਲਵਾ ਤੁਹਾਨੂੰ ਲੈ ਕੇ ਆਈ ਹੈ ਉਸ ਜਗ੍ਹਾ 'ਤੇ ਜਿੱਥੇ ਪਿਛਲੀ ਸਰਕਾਰ ਵੇਲੇ 1,70,00,000 ਦਾ ਐਲਾਨ ਹੋਇਆ ਸੀ। ਬੋਰਡ ਲੱਗੇ ਹੋਏ ਨੇ, ਬੀਤੇ ਦਿਨੀ ਬਰਸਾਤ ਹਾਲਾਂਕਿ ਹਟ ਗਈ ਹੈ, ਬੀਤੇ ਕੱਲ੍ਹ ਬਰਸਾਤ ਪਈ ਸੀ ਪਰ ਹੁਣ 12 ਘੰਟਿਆਂ ਤੋਂ ਉੱਪਰ ਹੋ ਗਏ ਨੇ, ਬਰਸਾਤ ਰੁਕ ਚੁੱਕੀ ਹੈ ਪਰ ਪਾਣੀ ਹੀ ਪਾਣੀ। ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਾਭਾ ਰੋਡ ਭਵਾਨੀਗੜ੍ਹ ਦੀਆਂ। ਭਵਾਨੀਗੜ੍ਹ ਤੋਂ ਜਦੋਂ ਨਾਭਾ ਰੋਡ ਨੂੰ ਜਾਂਦੇ ਹਾਂ ਤਾਂ ਹਾਲਤ ਦੇਖ ਕੇ ਇਨਸਾਨ ਕਹਿੰਦਾ ਓਹ ਹੋ, ਕਿਉਂਕਿ ਵੱਧ ਤੋਂ ਬਦਤਰ ਹਾਲਾਤ, ਗੱਡੀਆਂ ਲੰਘਾਉਣੀਆਂ ਔਖੀਆਂ ਹੀ ਨਹੀਂ, ਜਾਨ ਨਿਕਲ ਜਾਂਦੀ ਹੈ ਆਮ ਡਰਾਈਵਰ ਦੀ ਜਦੋਂ ਗੱਡੀ ਥੱਲੇ ਲੱਗਦੀ ਹੈ। ਕਿਉਂਕਿ ਦੋ ਜਗ੍ਹਾ ਤਾਂ ਬਹੁਤ ਬੁਰਾ ਹਾਲ ਹੈ, ਲੰਮੇ ਸਮੇਂ ਤੋਂ ਬੁਰਾ ਹਾਲ ਹੈ ਹਰ ਵਾਰ। ਇੱਕ ਗੱਲ ਹੋਰ ਤੁਹਾਨੂੰ ਦੱਸਦੇ ਹਾਂ ਕਿ ਇਸ ਨੂੰ ਲੈ ਕੇ ਬਹੁਤ ਆਗੂਆਂ ਨੇ ਇਸ ਜਗ੍ਹਾ 'ਤੇ ਪਹਿਲਾਂ ਵੀ ਪ੍ਰੋਟੈਸਟ ਕੀਤੇ ਨੇ, ਪਰ ਨਾਲਾ ਉੱਥੇ ਦੀ ਉੱਥੇ ਹੀ ਹੈ। ਹਰ ਵਾਰੀ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਟੋਲ ਪਲਾਜ਼ਾ ਵਾਲੇ ਕਰਨਗੇ, ਹੁਣ ਤਾਂ ਟੋਲ ਪਲਾਜ਼ਾ ਵਾਲੀਆਂ ਕੰਪਨੀਆਂ ਵੀ ਇੱਥੇ ਮੌਜੂਦ ਨਹੀਂ ਕਿਉਂਕਿ ਨਾਭਾ ਰੋਡ ਦਾ ਟੋਲ ਪਲਾਜ਼ਾ ਬੰਦ ਪਿਆ। ਪਰ ਪ੍ਰਸ਼ਾਸਨ ਬਿਲਕੁਲ ਹਰਕਤ ਦੇ ਵਿੱਚ ਨਹੀਂ, ਆਮ ਲੋਕ ਪਿੱਟ ਪਿੱਟ ਕੇ ਹਟ ਜਾਂਦੇ ਨੇ। ਪਰ ਹੁਣ ਇੱਕ ਤਾਜ਼ਾ ਖਬਰ ਆਈ ਹੈ ਕਿ ਟੋਏ ਪੱਟੇ ਹੋਏ ਨੇ, ਇੱਕ ਸੜਕ ਦੀ ਸਾਈਡ 'ਤੇ ਟੋਏ ਪੱਟੇ ਹੋਏ ਨੇ ਹੁਣ, ਕਿਉਂਕਿ ਪਾਣੀ ਖੜ੍ਹਨ ਨਾਲ ਉਹਨਾਂ ਟੋਇਆਂ ਦਾ ਪਤਾ ਨਹੀਂ ਲੱਗ ਰਿਹਾ। ਆਮ ਰਾਹਗੀਰ ਉਸ ਟੋਏ ਦੇ ਵਿੱਚ ਗਿਰ ਕੇ ਬੜੀ ਮੁਸ਼ਕਲ ਦੇ ਨਾਲ, ਨੇੜੇ ਤੇੜੇ ਦੇ ਦੁਕਾਨਦਾਰ ਭੱਜ ਕੇ ਕੱਢਦੇ ਨੇ। ਤਸਵੀਰਾਂ ਤੁਸੀਂ ਦੇਖ ਰਹੇ ਹੋ, ਟੀਮ ਮਾਲਵਾ ਦੇ ਰਸ਼ਪਿੰਦਰ ਸਿੰਘ ਉੱਥੇ ਮੌਜੂਦ ਨੇ, ਤੁਹਾਨੂੰ ਲੈ ਕੇ ਚੱਲਦੇ ਹਾਂ। ਆ ਜਾਓ ਸੁਣਾਉਂਦੇ ਹਾਂ ਆਮ ਲੋਕਾਂ ਦਾ ਕੀ ਕਹਿਣਾ ਹੈ। 1,70,00,000 ਕੌਣ ਲੈ ਗਿਆ? 1,70,00,000 ਕੌਣ ਲੈ ਗਿਆ? 1 ਫਸਟ ਤੇ ਮੈਂ ਰਸ਼ਪਿੰਦਰ ਸਿੰਘ ਗੱਲ ਕਰੀ ਜਾਵੇ ਬਾਰਿਸ਼ ਦੀ, ਤੁਹਾਨੂੰ ਦਿਖਾ ਦਿੰਦੇ ਤਸਵੀਰਾਂ ਦੇ ਵਿੱਚ ਜਿੱਥੇ ਕਿਸਾਨਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ, ਉੱਥੇ ਹੀ ਆਮ ਲੋਕਾਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ। ਭਾਰੀ ਬਰਸਾਤ ਹੁੰਦੀ ਹੈ ਤੇ ਅਜਿਹੇ ਟੋਏ ਪੱਟੇ ਹੋਏ ਨੇ। ਇਹ ਰੋਡ ਸਥਿਤ ਹੈ ਜ਼ਿਲ੍ਹਾ ਸੰਗਰੂਰ, ਜਦੋਂ ਨਾਭੇ ਨੂੰ ਜਾਂਦੇ ਹਾਂ, ਸੰਗਰੂਰ ਤੋਂ ਨਾਭੇ ਨੂੰ ਜਾਂਦੇ ਹਾਂ ਤਾਂ ਉਸ ਰੋਡ 'ਤੇ ਸਥਿਤ ਇਹ ਜਗ੍ਹਾ। ਬਠਿੰਡਾ ਨੂੰ ਜਾਂਦੇ ਨੇ, ਨਾਭਾ ਰੋਡ ਹੈ, ਤੁਸੀਂ ਦੇਖ ਸਕਦੇ ਹੋ ਟਰਾਲੀ ਧੱਸ ਗਈ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਧੱਕੇ ਨਾਲ। ਪ੍ਰਧਾਨ ਜੀ ਤੁਸੀਂ ਇੱਥੋਂ ਲੋਕਲ? ਹਾਂਜੀ, ਲੋਕਲ ਹੀ, ਸਾਡੀਆਂ ਦੁਕਾਨਾਂ ਮਾਰਕੀਟ ਆਈ। ਦੇਖੋ ਆਹ ਹਾਲ ਹੁੰਦਾ ਜੀ, ਦੇਖੋ ਚੰਗੇ ਭਲੇ ਆਉਂਦੇ ਨੇ, ਖੱਡੇ ਡੇਡੇ ਡੂੰਘੇ ਨੇ, ਵਿਚਾਰੇ ਡਿੱਗੇ ਜਾਂਦੇ ਨੇ, ਬਹੁਤ ਔਖਾ ਜਾਣੀ ਕਿ ਇਹਨਾਂ ਨੂੰ ਹੁੰਦਾ। ਫਿਰ ਟਰਾਲੀ ਟਰੈਕਟਰ ਵੀ ਨਿਕਲਦੇ, ਦੇਖ ਲਓ ਵਿਚਾਰਾ ਕਿੱਥੋਂ ਆਇਆ ਹੋਊਗਾ, ਵਿਚਾਰਾ ਗਰੀਬ ਬੰਦਾ ਨਾ ਜੀ। ਸੋ ਇੱਥੇ ਹੋਰ ਵੀ ਨਾਗਰਿਕ ਮੌਜੂਦ ਨੇ, ਸਾਡੇ ਨਾਲ ਲੋਕ ਮੌਜੂਦ ਨੇ ਇੱਥੇ ਦੇ ਲੋਕਲ। ਗੱਲ ਕਰੀ ਜਾਵੇ ਤਾਂ ਨਾਭਾ ਰੋਡ ਹੈ, ਹੋਰ ਵੀ ਸਾਡੇ ਨਾਲ ਮੌਜੂਦ ਨੇ, ਤੁਸੀਂ ਇੱਥੋਂ ਰੋਜ਼ ਲੰਘਦੇ ਹੋ? ਹਾਂਜੀ, ਰੋਜ਼ ਲੰਘ ਜਾ ਜੀ, ਮੇਰੇ ਉਰੇ ਫੈਕਟਰੀ ਹੈ, ਇੱਥੇ ਇੰਨਾ ਬੁਰਾ ਹਾਲ ਹੋਇਆ ਹੱਦ ਤੋਂ ਵੱਧ। ਅਸੀਂ ਐਸ ਡੀ ਐਮ ਸਾਹਿਬ ਨੂੰ ਐਪਲੀਕੇਸ਼ਨ ਦੇ, ਇੰਡਸਟਰੀ ਚੈਂਬਰ ਬਲੋਕ ਭਵਾਨੀਗੜ੍ਹ ਵੱਲੋਂ, ਅਸੀਂ ਐਸ ਡੀ ਐਮ ਨੂੰ ਵੀ ਦਿਆ ਐਪਲੀਕੇਸ਼ਨ, ਅਸੀਂ ਡੀ ਸੀ ਸਾਹਿਬ ਕੋਲ ਵੀ ਜਾਇਆ ਐਪਲੀਕੇਸ਼ਨ ਦੇ ਕੇ। ਡੀ ਸੀ ਸਾਹਿਬ ਨੇ ਸਾਡੇ ਸਾਹਮਣੇ ਐਕਸ਼ਨ ਨੂੰ ਫੋਨ ਕੀਤਾ, ਫਿਰ ਵੀ ਕੋਈ ਸੁਣਵਾਈ ਨਹੀਂ ਹੋਈ। ਭਰਾ ਜੀ ਕੋਲੇ 2-3 ਵਾਰੀ ਜਾਇਆ ਅਸੀਂ, ਇੱਥੇ ਇੰਨਾ ਬੁਰਾ ਹਾਲ ਹੈ ਕਿ ਲੰਘਣਾ ਔਖਾ ਹੋਇਆ ਪਿਆ, ਤਾਂ ਉਹ ਪਰਾਂ ਦੀ ਇੰਨੀ ਦੂਰ ਦੀ ਗੇੜ ਪਾ ਕੇ ਲੰਘਦੇ ਆ, ਬਹੁਤ ਜ਼ਿਆਦਾ ਬੁਰਾ ਹਾਲ ਹੈ। ਬਹੁਤ ਮੋਟਰਸਾਈਕਲ ਸਕੂਟਰ ਵਾਲੇ ਬਹੁਤ ਗਿਰਦੇ ਨੇ ਉਰੇ, ਬਹੁਤ ਬੁਰੇ ਹਾਲਾਤ ਹੋਏ ਪਏ। ਆਹ ਤੁਸੀਂ ਆਪ ਹੀ ਦੇਖ ਲਓ, ਸਮੁੰਦਰ ਬਣਿਆ ਪਿਆ। ਕਿੰਨੇ ਫੁੱਟ ਡੂੰਘਾ ਤੁਹਾਨੂੰ ਪਤਾ, ਕਿਉਂਕਿ ਇੱਥੇ ਅਸੀਂ ਟਰਾਲੀ ਵੀ ਧਸੀ ਹੋਈ ਦੇਖੀ ਹੈ, ਕਿੰਨੇ ਫੁੱਟ ਡੂੰਘਾ ਇੱਦਾਂ? ਆ ਮੈਂ ਹੁਣੀ ਨਿਕਲ ਗਿਆ ਜੀ, ਮੇਰਾ ਸਕੂਟਰ ਸਾਰੀ ਡੁੱਬ ਗਿਆ, ਇੱਥੇ ਘੱਟੋ ਘੱਟ 3 ਫੁੱਟ ਖੱਡੇ ਪਏ ਪਏ ਨੇ। ਜਦੋਂ ਅਸੀਂ ਫਸਟ ਟਾਈਮ ਐਸ ਡੀ ਐਮ ਸਾਹਿਬ ਕੋਲ ਐਪਲੀਕੇਸ਼ਨ ਲੈ ਕੇ ਗਏ ਸੀਗੇ, ਉਦੋਂ ਐਡਾ ਖੱਡਾ ਨਹੀਂ ਸੀਗਾ, ਪਾਣੀ ਨਹੀਂ ਸੀਗਾ, ਪਰ ਦੇਖ ਕੇ ਆਇਆ ਤਾਂ ਐਸ ਡੀ ਐਮ ਸਾਹਿਬ ਕਹਿੰਦੇ ਸੜਕ 'ਤੇ ਤਾਂ ਕੋਈ ਖੱਡੇ ਹੀ ਨਹੀਂ। ਸਾਨੂੰ ਇਹ ਕਹਿੰਦੇ ਕਿ ਸੜਕ 'ਤੇ ਕੋਈ ਖੱਡੇ ਨਹੀਂ, ਮੈਂ ਵੀ ਰੋਜ਼ ਲੰਘਦਾ ਕਹਿੰਦੇ ਉਰੋਂ ਦੀ, ਸਾਨੂੰ ਉਹਨਾਂ ਨੇ ਇਹ ਕਿਹਾ ਭਾਈ ਸਰ ਅਸੀਂ ਵੀ ਰੋਜ਼ ਲੰਘਦੇ ਹਾਂ ਵੀ ਤੁਸੀਂ ਆ ਕੇ ਦੇਖੋ ਹੁਣ। ਸੋ ਤੁਸੀਂ ਲੋਕਲ ਵਾਸੀ ਹੋ, ਤੁਹਾਨੂੰ ਪਤਾ ਇਹ ਖੱਡਾ ਕਿੰਨਾ ਡੂੰਘਾ, ਕਿੰਨਾ ਨੁਕਸਾਨ ਹੋ? ਬਹੁਤ ਵੱਡੇ ਖੱਡੇ ਨੇ ਜੀ, 1 ਹਫ਼ਤਾ ਪਹਿਲਾਂ ਭਰਾ ਜੀ ਆ ਗਏ ਨੇ, ਕਮੇਟੀ ਸ਼ਿਕਾਇਤ ਦੇ ਕੇ ਆਏ ਸੀ, ਲੇਕਿਨ ਈਓ ਜਈ ਸਾਰਿਆਂ ਨੂੰ ਕਹਿ ਕੇ ਗਏ ਨੇ ਵੀ ਖੱਡੇ ਬੰਦ ਕਰਾਓ। ਇਹ ਨਹੀਂ ਪਤਾ ਵੀ ਹੁਣ ਉਹਨਾਂ ਦੀ ਗੱਲ ਕਿਉਂ ਨਹੀਂ ਮੰਨੇਗੀ, ਕਾਹਦੇ ਪੁੱਛਿਆ ਜਾਵੇ, ਕਮੇਟੀ ਜਾ ਕੇ ਵੀ ਤੁਸੀਂ 1 ਹਫ਼ਤਾ ਪਹਿਲਾਂ ਇੱਥੇ ਜਾ ਕੇ ਆਏ ਸੀ, ਲੇਕਿਨ ਉਹਦਾ ਹੱਲ ਕਿਉਂ ਨਹੀਂ ਕੀਤਾ ਤੁਸੀਂ? ਕੀ ਸਮੱਸਿਆ? ਉਦਘਾਟਨ ਬੋਰਡ ਦਾ ਜੀ ਦੇਖ ਰਿਹਾ, 1,70,00,000 ਹਾਂਜੀ, 1,70,00,000 ਰੁਪਏ ਦਾ ਉਦਘਾਟਨ ਹੋਇਆ ਵੀ 1,70,00,000 ਨਾਲ ਬਣਨ ਵਾਲਾ ਰੋਡ ਆਈ ਇਹ, ਇਹਦੇ 1 ਕਰੋੜ ਰੁਪਈਏ ਲੱਗ ਜਾਏ, 70,00,000 ਹੀ ਲੱਗ ਜਾਏ ਗੱਲਾਂ, ਉਹ ਹੀ ਬਹੁਤ ਹੈ। ਲੇਕਿਨ ਉਹ ਕਮੇਟੀ ਨੂੰ ਪੁੱਛੋ ਜਾ ਕੇ, ਕਮੇਟੀ ਨੇ ਹੱਲ ਕਿਉਂ ਨਹੀਂ ਕਰਿਆ ਟੋਇਆਂ ਦਾ? ਪਹਿਲਾਂ ਟੂਲ ਟੈਕਸ ਚੱਲਦਾ ਸੀ,
वो आके माड़ा मोटा कर जांदे पानी मुनी कढ़े हुण टूल टैक्स बंद पए ने वो भी नहीं आउंदे जी। सो साडे नाल होर भी मौजूद ने तुसीं इत्थों लोकल वासी हो? हाँ जी लोकल वासी हां जी, साडे दुकानां ने दुकानां बंद रहिंदियां ने, कोई और कारोबार नहीं कर सकता जी, सब बुरा हाल है जी।